जिला मोगा के कस्बा धर्मकोट के अधीन पड़ते गांव बहादुर सिंह वाला के रहने वाले दो परिवारों की करीब 13 वोटर लिस्ट से काटे जाने का मामला सामने आया है, जिसको लेकर ये दोनों परिवार आज धर्मकोट के SDM नरेंद्र सिंह ढालीवाला के पास शिकायत करने पहुंचे। वहीं शिकायतकर्ताओं ने आरोप लगाया है कि उनके परिवार के 12 मेंबरों के नाम वोटर सूची से जानबूझकर काटे गए हैं और उनकी जगह दूसरे 12 वोटरों के नाम भरे गए हैं जो गांव में ही रहते ही नहीं। उन्होंने कहा कि उनकी वोट यहां लंबे समय से बनी हुई थी, वो पिछले लोकसभा विधानसभा और मेंबर ब्लॉक समिति के चुनाव में भी यहीं इसी गांव बहादुर सिंह वाला से अपनी वोट का इस्तेमाल करते रहे हैं। उन्होंने कहा अभी भी हमारी वोट कटे जाने के कारण वे चुनाव नहीं लड़ सके। उन्होंने मांग की है कि पंचायती चुनावों में जो दूसरे उम्मीदवार ने उनके नाम कटवाए हैं उनको दुरुस्त किया जाए। वहीं जब इस बारे में ADC राजेंद्र बत्रा से बात की तो उन्होंने कैमरे के आगे कुछ भी बोलने से इनकार कर दिया और कहा कि अगर इनका पुरानी सूची में नाम दर्ज है तो वो ठीक है। वहीं दूसरी ओर गांव के पुराने सरपंच ने भी कहा कि ये दोनों परिवारों की वोट पहले भी यहीं डाली जाती थी, लेकिन अब नाम नहीं है और अगर काटे गए हैं तो इनको दुरुस्त किया जाए। बलजीत सिंह जी, साड़ी ये समस्या जी भी साड़ियाँ जिहड़ियाँ इन्हां वोटां कटतियां ते मेरी मिसेज दा जो असी फाइल अपलाई कीती सी कैंडीडेट वास्ते, इन्हां ने जदों ही फाइल जमा कराउण गए हां ते इन्हां आख्या वी तुहाडियां वोटां है नहीं। उस तों बाद फिर असी फाइल की जमा कराउणी सी, असी हाई कोर्ट पटीशन पाई ते हाई कोर्ट दा जो फैसला जो रूलिंग आई है सारे पंजाब वास्ते, इन्हां आख्या वी तुहाडा उहदे अकॉर्डिंग तुसीं आपदे DC नूं मिलो, DC साहब नूं मिले वो आदि SDM साहब नूं मिलो, SDM साहब नूं मिलने ते वो अगों कोई गल नहीं सुनते। ये सानूं उन्हां दस्सदा वी तुहाडियां वोटां कट्टियां गईआं। हाँ जी हाँ जी, ब्लाक समिति 'च वोटां पाईआं, उत्थे ही सारियां वोटां साडियां पोल होईआं। ਅਸੀਂ ਤਾਂ ਸ਼ੁਰੂ ਤੋਂ ਹੀ ਸਾਡੇ ਜਨਮ ਹੀ ਇੱਥੋਂ ਦੇ ਨੇ, ਸ਼ੁਰੂ ਤੋਂ ਹੀ ਵੋਟਾਂ ਉੱਥੇ ਪਹਿਲਾਂ ਜਿਹੜੀਆਂ ਪੈਂਦੀਆਂ ਲੋਕ ਸਭਾ ਦੀਆਂ, ਲੋਕ ਸਭਾ ਸਾਰਾ ਜੋ ਹਾਂਜੀ ਹਾਂਜੀ ਸਾਰੀਆਂ ਵੋਟਾਂ ਜ਼ਿਲ੍ਹਾ ਪ੍ਰੀਸ਼ਦ, ਕਿਉਂਕਿ ਸਾਡੀ ਪ੍ਰੋਪਰਟੀ ਸਾਡਾ ਘਰ ਬਰ ਸਾਰਾ ਉੱਥੇ ਹੀ। ਤੁਸੀਂ ਕਿਸ ਸਮੇਂ ਦੇ ਵੀ ਹਾਈ ਕੋਰਟ ਦੀ ਉਲੰਘਣਾ ਕਰ ਰਹੇ ਸਾਰੇ ਪ੍ਰਸ਼ਾਸਨ ਅਧਿਕਾਰੀ, ਜੇ ਹਾਈ ਕੋਰਟ ਵੱਲੋਂ ਦੇਸ਼ ਦਿੱਤੇ ਗਏ ਸੀ। ਹਾਂਜੀ ਹਾਂਜੀ, ਉਹਨਾਂ ਦੀ ਉਲੰਘਣਾ ਕਰ ਰਹੇ ਅਧਿਕਾਰੀ ਸਾਰੇ, ਫਿਰ ਇਸ ਤਰ੍ਹਾਂ ਹੀ ਟਾਲ ਮਟੋਲ ਕਰ ਰਹੇ ਨੇ, ਇਹੀ ਗੱਲ ਜਦੋਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ। ਸਾਡੀ ਇਹ ਮੰਗ ਹੈ ਜੀ ਸਾਡੀਆਂ ਵੋਟਾਂ ਉੱਥੇ ਬਾਹਰ ਰਹਿਣ ਅਤੇ ਜਿਹੜੀ ਆ ਸਰਪੰਚੀ ਦੀ ਚੋਣ ਹੈ ਅਸੀਂ ਉੱਥੇ ਹੀ ਆਪਦੀਆਂ ਵੋਟਾਂ ਪੋਲ ਕਰੀਏ, ਕਿਉਂਕਿ ਜਿਹੜੀਆਂ ਲਿਸਟਾਂ ਨੇ ਸਾਨੂੰ ਉਹ ਸ਼ੋਅ ਨਹੀਂ ਕਰ ਰਿਹਾ। ਇਹਨਾਂ ਦਾ ਮਤਲਬ ਇਹ ਹੈ ਵੀ ਐਟ ਏ ਟਾਈਮ ਇਹਨਾਂ ਨੂੰ ਜਿਹੜਾ ਨਾਲ ਦੀ ਨਾਲ ਹੈ ਮੌਕੇ 'ਤੇ ਉਹੋ ਜਿਹੀਆਂ ਵੋਟਾਂ ਕੱਟੀਆਂ ਦੀ ਲਿਸਟ ਪਿੱਛੇ ਲਾ ਦਿਆਂਗੇ, ਸੋ ਇਸ ਕਰਕੇ ਸਾਨੂੰ ਇਹ ਖੱਜਲ ਖੁਆਰ ਕਰ ਰਹੇ ਨੇ ਬਹੁਤ ਜ਼ਿਆਦਾ। ਕਸ਼ਮੀਰ ਸਿੰਘ ਬਹਾਦਰਵਾਲਾ ਥੱਦਾ, ਸਾਨੂੰ ਇਹ ਤਹਿਸੀਲ ਵਾਲੇ ਸਹੀ ਸਾਡੀ ਵੋਟਰ ਲਿਸਟ ਪਿੰਡ ਦੀ ਨਹੀਂ ਦੱਸ ਰਹੇ। ਅਸੀਂ ਥੋੜ੍ਹਾ ਜਿਹਾ ਪਹਿਲਾਂ ਬਲਾਕ ਸਮਿਤੀ ਚੋਣਾਂ 'ਚ ਜ਼ਿਲ੍ਹਾ ਪ੍ਰੀਸ਼ਦ 'ਚ ਵੋਟਾਂ ਪਾ ਕੇ ਚੁੱਕੇ ਹਾਂ, ਹੁਣ ਸਾਨੂੰ ਕਹਿ ਰਹੇ ਵੀ ਤੁਹਾਡੀਆਂ ਵੋਟਾਂ ਨਹੀਂ ਹੈਗੀਆਂ। ਮੇਰੀ ਭਰਜਾਈ ਇਲੈਕਸ਼ਨ ਦੀ ਕੈਂਡੀਡੇਟ ਸੀ ਬਲਜੀਤ ਸਿੰਘ ਦੀ ਮਿਸਜ, ਉਹਨੂੰ ਵੋਟਾਂ ਉਹਨਾਂ ਨੇ ਫਾਈਲ ਲੈ ਕੇ ਗਏ ਤਾਂ ਉਹਨਾਂ ਕਿਹਾ ਤੁਹਾਡੀਆਂ ਵੋਟਾਂ ਹੀ ਨਹੀਂ ਹੈਗੀਆਂ, ਇੱਥੇ ਫਾਈਲ ਨਹੀਂ ਲਈ। ਸਾਡੇ ਪਰਿਵਾਰ ਦੀਆਂ 12 ਵੋਟਾਂ ਨੇ, 239 ਵੋਟਾਂ ਜੀ, 12 ਵੋਟਾਂ ਸਾਡੀਆਂ ਕੱਟੀਆਂ ਗਈਆਂ। ਸਾਨੂੰ ਦਫ਼ਤਰਾਂ 'ਚ ਕਹਿ ਰਹੇ ਨੇ, ਬਲਾਕ ਦਫ਼ਤਰ ਜਾਂਦੇ ਉੱਥੇ ਸਾਨੂੰ ਕਦੀ ਕੋਈ ਲਿਸਟ ਦੇ ਦਿੰਦੇ, ਕਦੀ ਉੱਤੇ ਡਿਲੀਟਡ ਦੀ ਮੋਹਰ ਲਾ ਕੇ ਦੇ ਦਿੰਦੇ ਆ, ਕਦੀ ਉਹਨਾਂ ਨੂੰ ਸਾਫ਼ ਦੇ ਦਿੰਦੇ ਆ। ਅਤੇ ਜਦੋਂ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਾਈਆਂ 17 ਤਰੀਕ ਨੂੰ ਲਿਸਟ ਲਈ ਹੈ, ਉਦੋਂ ਇਸ 17 ਨੂੰ ਉਦੋਂ ਸਾਨੂੰ ਇਹ ਦੱਸਿਆ ਗਿਆ ਵੀ ਵੋਟਾਂ ਹੈਗੀਆਂ। 19 ਤਰੀਕ ਨੂੰ ਅਸੀਂ ਫਾਰਮ ਭਰਿਆ, ਕਹਿਤਾ ਵੋਟਾਂ ਨਹੀਂ ਹੈਗੀਆਂ। ਹੁਣ 24 ਤਰੀਕ ਨੂੰ ਇੱਕ ਵੋਟਾਂ ਹੋਰ ਲਿਸਟ ਸਾਨੂੰ ਪਤਾ ਲੱਗਾ ਵੀ ਮਗਰ ਲਾ ਰਹੇ ਸਾਡੀਆਂ 12 ਵੋਟਾਂ ਕੱਢ ਕੇ ਉੱਥੇ 12 ਵੋਟਾਂ ਹੋਰ ਕੋਈ ਪਾ ਰਹੇ ਨੇ ਨਵੀਂ ਜਾਲੀ ਕੋਈ ਬਣਾ ਕੇ। ਅਸੀਂ ਦਫ਼ਤਰ ਦੇ ਵਿੱਚ ਫੀਸ ਜਮ੍ਹਾਂ ਕਰਵਾ ਕੇ 2-3 ਵਾਰਾਂ ਲਈਆਂ, 24 ਤਰੀਕ ਨੂੰ, 17 ਤਰੀਕ ਨੂੰ, 12 ਤਰੀਕ ਨੂੰ, ਉਹਦੇ ਸਾਡੀ ਵੋਟਾਂ ਹੈਗੀਆਂ ਜੀ। 24 'ਚ ਨਹੀਂ ਹੈਗੀਆਂ, 24 ਦੇ ਵਿੱਚ ਵੋਟਾਂ ਹੈਗੀਆਂ, ਵੈਸੇ ਡਿਲੀਟਡ ਕਹਿਤਾ ਵੀ ਮਗਰ ਮੋਹਰਾਂ ਲਾਤੀਆਂ ਉੱਤੇ ਡਿਲੀਟਡ ਹੈ ਜੀ। ਕਾਰਨ ਤਾਂ ਦੂਜੀ ਪਾਰਟੀ ਕਰਦੀ ਹੁੰਦੀ ਜਿਹਨੇ ਇਲੈਕਸ਼ਨ ਲੜਨਾ, ਕੋਈ ਦਲਬੀਰ ਸਿੰਘ ਦੀ ਮਿਸਜ, ਕੋਈ ਅਕਵਿੰਦਰ ਕੌਰ ਇਲੈਕਸ਼ਨ ਲੜ ਰਹੀ ਹੈ, ਉਹ ਕਹਿ ਰਹੇ ਨੇ ਕਿ ਵੀ ਇਹ ਵੋਟਾਂ ਬਾਹਰਲੀਆਂ ਗਲਤ ਪਵਾ ਰਹੇ ਨੇ ਵਿੱਚ, ਕੋਈ ਕਪੂਰਥਲੇ ਬੰਦਾ ਰਹਿੰਦਾ, ਕੋਈ ਕਿਤੇ ਰਹਿੰਦਾ, ਉਹਨਾਂ ਦੀਆਂ 12 ਵੋਟਾਂ ਗਲਤ ਨਜਾਇਜ਼ ਪਾ ਰਹੇ, ਕੁਛ ਨਾਬਾਲਗ ਬੱਚੇ ਨੇ ਉਹਨਾਂ ਦੀਆਂ ਪਾ ਰਹੇ ਨੇ, ਕੁਛ ਬੰਦੇ ਹੋਰ ਧਰਮਕੋਟ ਇੱਕ ਉਹਨਾਂ ਦਾ ਭਰਾ ਬੈਠਾ
उन्हां दीआं बनवा के पा रहे हैं। इस तरह करके साडीआं 12 वोटां परिवार दीआं कट के ते होर वोटां बाहरों ऐड कर रहे हैं। पहले ही उन्होंने 10 वोटा गलत बन चुकी जिसे ऑब्जेक्शन भी लगा पिंड विचों, उहदे ते कोई कार्रवाई नहीं हुई। साडी रहायश बादरवाला तद्दा। अरबन सिंह जी, बहादुर वाला तद्दा जी, कांग्रेस नाल। हाँ वह जी साडिया जिहड़ियां 12-13 14 वोटा से आप दियां परिवार दियां वह कटियां जा चुकियां ने जी पिंड दियां। ते एक बलजीत सिंह सी इहदे घर वाले भी इसे लड़ना चाहुंदे सी, उहदी फैल नहीं लई भी साडियां इहनां दियां 12-13 वोटा कटियां गईयां ने। असीं इह भी साडा जो नुकसान कर रहा गुरबीर गोगा कर रहा जी, दलबीर सिंह आपोजिशन पार्टी नाल उन्हां दा जी बीएलओ जिहड़ा उह रिश्तेदार है वह बड़ी साडे नाल ईरखा रखदा। पिंड गया नहीं किसे दे घर नहीं गया। मैं उन्होंने फोन करके पूछया भी बीएलओ साहब की साडिया वोटां दा तुसीं वेरीफिकेशन कर रहे हो, आना जो मैं लिखना सी लिख दिता। मेरी वाइफ है जी सिमरजीत कौर जी। हाँ जी हाँ जी, सरपंची की उम्मीदवार लड़ रही जी, बहुत नजायज़ साढ़े ना धक्का हो रहा जी की जी। असी SDM ने भी की, दस ही नहीं रहे जी कुछ। पहला असी 12 तरीक न लई जी रसीद फीस जमा करा के लिस्ट वो साड़िया वोटा सही सी, फिर सानू शक सी 15 च लई वो भी सही सी, 17 च लई वो सही सी, 22 नू लई वो सही सी। जो 24 तरीक नू लईयां तो सानू पता लग गया भी 13-14 वोटा कटियां डिलीटिंग हो चुकिया ने, तो मोर जिला के नजायज़ पता नहीं नजायज़ लाई कि जायज़ लाई। SDM जी मिली भुगत कीती पता नहीं की लैन देन किया जी धर्मकोट वोटा कि भी आपोजिशन पार्टी जिन्या वोटा कटा गई 12-13 उन्निया होर ऐड कर रहे। कोई कितों बैठा जी, कोई भैया जी, कोई सफाई वाली सेवके फिरोजवाल बाडे तो, कोई जी इतने धर्मकोट रेंदे ने जी, कोई कितने सानू कई बंद पता ही नहीं। हाँ जी असी कांग्रेस पार्टी, दूजी भी कांग्रेस पार्टी। हाँ जी हाँ जी की कहते जी सानू पता नहीं, दफ्तरों पुछ लो। असीं तां कहिंदे नहीं कटियां, पर दफ्तरों सानू इह आ वी पता लगदा वी उह कहिंदे वोट तुहाडी कटी गई, विचों 12-13 वोटां कटियां गईयां ने, ते दस नहीं रहे सही जी सानू अजे तक। हाँ जी हाँ जी।